ਬੰਦਗੀ ਕਰਨ ਨੂੰ ਦਿਲ ਕਰਦਾ, ਪਰ ਗੁਰੂ ਤੋਂ ਬਿਨਾਂ ਬੰਦਗੀ ਨਹੀਂ ਹੋਣੀ, ਨਾ ਹੀ ਕੁਛ ਪੱਲੇ ਪੈਣਾ। ਅਤੇ ਗੁਰੂ ਸਿਰਫ ਇਸ ਕਾਇਨਾਤ ਵਿੱਚ ਇੱਕੋ ਹੀ ਆ ਸੱਚਾ ਅਤੇ ਸੁੱਚਾ, ਉਹ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਐਵੇਂ ਕਿਤੇ ਕਿਸੇ ਬੰਦੇ ਨੂੰ ਗੁਰੂ ਬਣਾ ਕੇ ਨਾ ਬਹਿ ਜੀ, ਉਹਨੇ ਪਰਮਾਤਮਾ ਨਾਲ ਨਹੀਂ ਜੋੜਨਾ, ਪਰਮਾਤਮਾ ਨਾਲ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋੜਦੇ ਆ। ਉਸ ਬੰਦੇ ਨੇ ਤੁਹਾਨੂੰ ਪਰਮਾਤਮਾ ਨਾਲ ਨਹੀਂ ਜੋੜਨਾ, ਉਹਨੇ ਆਪਣੇ ਆਪ ਨਾਲ ਜੋੜ ਲੈਣਾ। ਉਹਨੇ ਆਪਣੀ ਫੋਟੋ ਦੀ ਪੂਜਾ ਕਰਵਾਉਣੀ, ਆਪਣੀ ਫੋਟੋ ਘਰ ਲਵਾ ਕੇ ਉਹਨੂੰ ਮੱਥੇ ਟਿਕਾਈ ਜਾਣੇ ਅਤੇ ਆਪਣੇ ਪੈਰਾਂ 'ਚ ਦੁਨੀਆ ਨੂੰ ਪਵਾਈ ਜਾਣਾ। ਬੜਾ ਸੋਚ ਕੇ ਇਹ ਜਨਮ ਇੱਕੋ ਵਾਰ ਮਿਲਿਆ ਆ, ਕਿਸੇ ਇਸੇ ਧੋਖੇ 'ਚ ਨਾ ਕਿਤੇ ਲੰਘ ਜੇ। ਅਸੀਂ ਵੇਖਦੇ ਹਾਂ, ਰੋਜ਼ ਵੇਖਦੇ ਹਾਂ, ਫੋਨ 'ਤੇ ਵੇਖਦੇ ਹਾਂ, ਵੈਸੇ ਵੇਖਦੇ ਹਾਂ, ਬੜੇ ਬਾਬੇ ਤੁਰੇ ਫਿਰਦੇ, ਬੜੇ ਬਾਬੇ ਨਕਲੀ, ਸਾਰੇ ਨਕਲੀ ਆ ਜੀ। ਜਿਹੜਾ ਆਪਣੇ ਆਪ ਨਾਲ ਬੰਦੇ ਨੂੰ ਜੋੜਦਾ ਉਹ ਨਕਲੀ ਆ, ਅਤੇ ਜਿਹੜਾ ਪਰਮਾਤਮਾ ਨਾਲ ਜੁੜਦਾ ਉਹਨੂੰ ਤਾਂ ਕੋਈ ਹੈ ਹੀ ਨਹੀਂ, ਉਹ ਤਾਂ ਚੜ੍ਹਦੀ ਕਲਾ ਵਾਲੇ ਮਹਾਂਪੁਰਸ਼ ਹੁੰਦੇ ਆ। ਬੜੇ ਧਿਆਨ ਨਾਲ, ਬੜੇ ਧਿਆਨ ਨਾਲ ਵਾਹਿਗੁਰੂ ਜੀ।